पंजाब पुलिस एक बार फिर चर्चा च है कि चोरां नूं फड़न वाली पुलिस कदे आप भी चोरी कर सकती है। तुसीं एक बार हैरान जरूर होवोंगे कि ये की है। ये चोरी किसे पैसे दी या किसे चीज दी नहीं है, बल्कि बिजली दी हो रही है। इस च इकली पुलिस ही नहीं सगो बिजली अधिकारियां दी मिलीभुगत दा भी शक है। चोरी दियां लाइव तस्वीरां तुसीं खुद भी वेख सकदे हो कि किस तरह बटाला दियां पुलिस चौंकियां विच बिजली दियां तारां तों सिद्धियां कुंडियां लगा के मुलाजमां वल्लों एसी अते कूलरां हेठ आराम फरमाया जा रहा है। उत्थे जदों इस संबंधी बिजली विभाग दे उच्च अधिकारियां तों जानकारी प्राप्त करनी चाहिए तां ओह अपनी ही जिम्मेवारी तो पल्ला झाड़दे नजर आए। तुसी भी सुनो की कहंदे ने बिजली विभाग दे एसटीओ साहब। ਪ੍ਰੈਸ ਆਨੇ ਸਾਨੂੰ 2018 ਦੀ ਸਪੀਚ ਹੀ ਬੰਦ ਕੀਤੀ ਹੈ। ਅੱਛਾ ਨਹੀਂ, ਮੈਨੂੰ ਸਿਰਫ ਇਹਨਾਂ ਤੇ ਦੱਸ ਦਿਓ ਕਿ ਜਦੋਂ ਤੁਸੀਂ ਕੋਈ ਕੁੰਡੀ ਕੋਈ ਸਪੀਚ ਨਹੀਂ, ਜੇ ਤੁਹਾਨੂੰ ਕੋਈ ਇਤਰਾਜ਼ ਹੈਗਾ ਜਾਂ ਕੋਈ ਤੁਹਾਡੇ ਨਾਲ ਚ ਸਾਨੂੰ ਲਿਖਤੀ ਦੇ ਦਿਓ। ਮੈਂ ਲਿਖਤੀ ਦੇ ਦਾਂਗਾ ਤੁਹਾਨੂੰ, ਤੁਸੀਂ ਮੈਨੂੰ ਇਹ ਦੱਸ ਦਿਓ ਜਦੋਂ ਕੁੰਡੀ ਕਨੈਕਸ਼ਨ ਤੁਸੀਂ ਫੜਦੇ ਹੋ ਉਹਦੇ ਉੱਤੇ ਕੀ ਐਕਸ਼ਨ ਲਿਆ ਜਾਂਦਾ? ਉਹ ਤਾਂ ਜੁਰਮਾਨਾ ਪਾਈਦਾ ਜੋ ਬਿਜਲੀ ਬੋਰਡ ਦੇ ਰੂਲਸ ਨੇ। प्रेस सामने साडा मना किया जी, तुसीं जो भी करना तुहाडी लिखती शिकायत है कि मैनूं दे दो, असीं गौर करांगे। बाकी इन्होंने काइंडली बंद कर दो। जे तुहानूं पता तां सानूं दस सकदे, साडा काम इजी हो जू। बस मैं तुहानूं पहलां इक कहता कि साडे ना इधर देखो, ਅਸੀਂ ਪ੍ਰੈਸ ਸਾਹਮਣੇ ਜਿਹੜਾ ਨਾ ਉਹ ਬੰਦ ਕੀਤਾ, ਤੁਸੀਂ ਕਿਉਂ ਇਹ ਤੁਸੀਂ ਸਾਨੂੰ ਡਿਗਰੇਡ ਕਰਨ ਲੈ ਜੇ ਤੁਸੀਂ ਜਦੋਂ ਸਾਡੇ ਮਹਿਕਮੇ ਨੇ ਬੰਦ ਕੀਤਾ ਜਿਨ ਇੱਦਾਂ ਪ੍ਰੈਸ ਦਾ ਉਹ ਗੱਲ ਛੱਡੋ ਵੀਰ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਜਿੰਨਾ ਚਿਰ ਤੁਹਾਨੂੰ ਕੋਈ ਦੱਸੇ ਨਾ ਤੁਸੀਂ ਕੁੰਡੀ ਕੋਈ ਐਕਸ਼ਨ ਨਹੀਂ ਲੈਂਦੇ, ਇਹ ਤੁਸੀਂ ਲਿਖਤੀ ਤੋਂ ਮੈਂ ਹੁਣੇ ਕਾਰਵਾਈ ਕਰ ਦਿੰਦਾ। ਅੱਛਾ, ਉਹਨਾਂ ਚਿਰ ਐਕਸ਼ਨ ਨਹੀਂ ਹੋਣਾ ਕੋਈ ਵੀ? ਤੁਸੀਂ ਆਪ ਪ੍ਰੈਸ ਵਾਲਾ ਤੁਸੀਂ ਬੰਦ ਕਰ ਦਿਓ, ਸਾਡਾ ਸਾਨੂੰ ਮਨਾ ਕੀਤਾ ਬੋਰਡ ਨੇ। ਮੈਂ ਜਦੋਂ ਕਹਿਣ ਡਿਆ ਵੀ ਇਹ ਬੋਰਡ ਨੇ ਸਾਨੂੰ ਮਨਾ ਕੀਤਾ, ਤੁਸੀਂ ਕਿਉਂ ਮੈਨੂੰ ਮਜਬੂਰ ਕਰਨ ਡਏ? ਨਹੀਂ ਮਜਬੂਰ ਨਹੀਂ ਕਰਨ ਡਿਆ, ਤੁਸੀਂ ਤੁਹਾਡਾ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਆਉਂਦਾ ਤੁਹਾਡੀ ਰਿਕੁਐਸਟ ਕੀਤੀ ਆ, ਤੁਹਾਡਾ ਇੱਥੇ ਕੀ ਫਰਜ਼ ਆ? ਨਹੀਂ ਤੁਸੀਂ ਲਿਖਤੀ ਦੇ ਦਿਓ, ਮੈਂ ਕਰ ਦਿੰਦਾ। ਤੁਹਾਡਾ ਕੁੰਡੀਆਂ ਕੁੰਡੀਆਂ ਫੜਾ ਦਾ ਕੋਈ ਫਰਜ਼ ਨਹੀਂਗਾ, ਜੋ ਲਿਖਤੀ ਦੇ ਜੋ ਸਾਡੇ ਅਕਸਰ ਸਾਹਿਬ ਨਾਲ ਤੁਸੀਂ ਗੱਲ ਕਰ ਲਓ, ਜੇ ਕੋਈ ਲਿਖਤੀ ਨਾ ਦੇਵੇ ਪਹਿਲਾਂ ਤਾਂ ਲੈ ਲਓ ਤੁਸੀਂ, ਤੁਹਾਡਾ ਆਪਣੇ ਮਹਿਕਮੇ ਦਾ ਕੀ ਫਰਜ਼ ਆ? ਉਥੇ ਏਐਸਆਈ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਚੌਂਕੀ ਵਿੱਚ ਏਸੀ ਕੂਲਰ ਤੇ ਪੱਖੇ ਲੱਗੇ ਹੋਏ ਨੇ ਅਤੇ ਇਸ ਦੇ ਲਈ ਬਿਜਲੀ 62 ਦੀ ਬਿਜਲੀ ਤੋਂ ਲਈ ਗਈ ਹੈ, ਜਦਕਿ ਇਸ ਦੇ ਉਲਟ ਚੌਂਕੀ ਦੇ ਪਿੱਛੇ ਲੱਗੀਆਂ ਕੁੰਡੀਆਂ ਸ਼ਰੇਆਮ ਨਜ਼ਰ ਆ ਰਹੀਆਂ ਨੇ। ਹੁਣ ਵੇਖਣਾ ਹੈ ਕਿ ਸਰਕਾਰੀ ਅਧਿਕਾਰੀਆਂ ਤੇ ਕਾਰਵਾਈ ਕੌਣ ਕਰੇਗਾ, ਇੱਕ ਵੱਡਾ ਸਵਾਲ ਜ਼ਰੂਰ ਹੈ। ਬਿਜਲੀ ਦਾ ਜਿਹੜਾ ਬਾਚਣ ਦਾ ਜੋ ਬਿਜਲੀ ਚੱਲਦੀ ਹੈ, ਜਿੱਥੋਂ ਬਾਕੀ ਸਾਰੀ ਬਾਚਣ ਦੀ ਸਪਲਾਈ ਜਾਂਦੀ ਹੈ ਉੱਥੋਂ ਹੀ ਸਪਲਾਈ ਪਹੁੰਚਦੀ ਹੈ। ਕੋਈ ਆਪਣਾ ਚੌਂਕੀ ਦਾ ਵੱਖਰਾ ਨਹੀਂ ਹੈਗਾ ਮੀਟਰ ਲੱਗਾ ਹੋਇਆ ਜੀ? ਨਹੀਂ, ਜਿਹੜਾ ਬਾਚਣ ਦਾ ਮੀਟਰ ਹੈ ਉਹ ਉੱਥੋਂ ਹੀ। ਪਰ ਅਸੀਂ ਦੇਖਿਆ ਕਿ ਪਿੱਛੇ ਕੁੰਡੀ ਲੱਗੀ ਹੋਈ ਹੈ ਅਤੇ ਸਾਹਮਣੇ ਜਦੋਂ ਪੌੜੀਆਂ ਚੜ੍ਹੀਆਂ ਉੱਥੇ ਤੁਸੀਂ ਕੁੰਡੀ ਲਗਾਈ ਹੋਈ ਹੈ, ਤਾਰ ਕੁੰਡੀ ਲਗਾਉਣਾ ਕਿੰਨਾ ਕੁ ਵਜੇ? ਕੁੰਡੀ ਨਹੀਂ ਲਗਾਈ ਗਈ, ਇੱਥੋਂ ਹੀ ਸਾਰੀ ਜਿਹੜੀ ਆ ਬੱਸ ਸਟੈਂਡ ਦੀ ਜਿਹੜੀ ਬੱਤੀ ਜਾਂਦੀ ਸਪਲਾਈ ਜਾਂਦੀ ਹੈ ਉੱਥੋਂ ਹੀ ਬੱਸ ਸਟੈਂਡ ਦੀ ਚੌਂਕੀ ਦੀ ਸਪਲਾਈ। ਚੌਂਕੀ ਦੇ ਅੰਦਰ ਕਿਹੜੀ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਬਿਜਲੀ ਨਾਲ ਚੱਲਦੀਆਂ? ਹਾਂਜੀ, ਚੌਂਕੀ ਦੇ ਅੰਦਰ ਕਿਹੜੀਆਂ ਕਿਹੜੀਆਂ ਐਸੀਆਂ ਚੀਜ਼ਾਂ ਮੌਜੂਦ ਨੇ ਜਿਹੜੀਆਂ ਬਿਜਲੀ ਦੇ ਨਾਲ ਚੱਲਦੀਆਂ? ਜਿਹੜਾ ਆਪਣਾ ਲਾਈਟਾਂ ਪੱਖੇ ਸਭ ਕੁਝ ਤਾਂ ਬੱਤੀ ਦਾ ਚੱਲਦਾ ਜੀ। ਕੂਲਰ, ਏਸੀ ਜਾਂ ਹੀਟਰ ਵਗੈਰਾ? ਨਹੀਂ, ਹੀਟਰ ਵਗੈਰਾ ਤਾਂ ਤੁਹਾਨੂੰ ਪਤਾ ਨਹੀਂ, ਜਦੋਂ ਕੂਲਰ ਦਾ ਏਸੀ ਜਾਂ ਬਟਾਲਾ ਤੋਂ ਬਿਊਰੋ ਰਿਪੋਰਟ 107 ਨਿਊਜ਼।